निश्चय कर अपनी जीत
एहि मन तुझे चितारे उठत बैठत सोवत जावत एहि मन तुझे चितारे सुख दुख इस मन की उठत बैठत सोवत जागत एहि मन तुझे चितारे।
तेरा नाम जी, तेरा नाम।
जन्म जन्म के दुख निवारे, सुका मन साधारे, दर्शन भेटत होत निहाला, हर का नाम विचारे, मेरा वैद गुरु गोविंदा, मेरा वैद गुरु गोविंदा, हर हर नाम औखद मुख देवे, काटे जम की फुंदा, समर्थ पुरख पूर्ण विधाते, आपे करने हारा, अपना दास घर आप उबारिया, नानक नाम अधारा, नानक नाम अधारा तेरा, नाम जी तेरा नाम जी, दुख भंजन तेरा नाम, तेरा नाम जी, तेरा को नाम, ऐसो सहाय हर को नाम, साध संगत पज पूरन काम, बूढ़त को जैसे बेड़ी मिलत, बूढ़त को जैसे बेड़ी मिलत, बूझत दीपक मिलत तिलत, जलत अग्नि मिलत नीर, जैसे बारिक मुख है नीर, जैसे रण में सखा भ्रात, जैसे भूखे भोजन मात, जैसे किरखे बरखे मेघ, जैसे किरखे बरस मेघ, जैसे पालन शरण सेक, गरुड़ मुख नहीं सर्प त्रास, सुआ पिंजर नहीं खाए बिलास, जैसे आंडो हृदय माहे, जैसे आंडो हृदय माहे, जैसो दानो चक्की दहाए, जैसे दानो चकी दराहे, बहुत उपमा थोरी कही, हर अगम अगम अगाध तुही, ऊंच मूचो बहु अपार, सिमरत नानक तरे सार, तेरा नाम जी, तेरा नाम जी, दुख पंजन तेरा नाम, तेरा नाम जी, तेरा नाम जी, दुख पंजन तेरा नाम, तेरा नाम जी, तेरा परमेश्वर दा नाम सारे ही दुखां दा पंजन है, दुखां दा
ਕੱਟਣਹਾਰ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। ਸਹਿਬ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰ ਰਹੇ ਹਨ। ਐਸੋ ਸਹਾਈ ਹਰ ਕੋ ਨਾਮ, ਪਰਮਾਤਮਾ ਦਾ ਨਾਮ ਜੀਵ ਨੂੰ ਇਸ ਲੋਕ ਵਿੱਚ ਵੀ ਸੁੱਖ ਦਿੰਦਾ ਹੈ, ਪਰ ਲੋਕ ਵੀ ਸੁਵਿਧਾ ਕਰਦਾ ਹੈ। ਸਾਧ ਸੰਗਤ ਬੋਲੋ ਸ੍ਰੀ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਾਜੇ ਪੂਰਨ ਕੰਮ। ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਤੇਰਾ ਇਤਨੀ ਸਹਾਇਤਾ ਕਰੇਗਾ, ਜੇ ਤੂੰ ਸਾਧ ਸੰਗਤ ਵਿੱਚ ਬਹਿ ਕੇ, ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਵਰ ਦੇ ਗੁਣ ਗਾਏਗਾ, ਤੇਰੇ ਸਾਰੇ ਕੰਮ ਪਰਮਾਤਮਾ ਆਪ ਹੀ ਪੂਰਨ ਕਰੇਗਾ। ਬੂਡਤ ਕੋ ਜੈਸੇ ਬੇੜੀ ਮਿਲਤ, ਜਿਸ ਤਰ੍ਹਾਂ ਡੁੱਬਦੇ ਹੋਏ ਮਨੁੱਖ ਨੂੰ ਬੇੜੀ ਦਾ ਸਹਾਰਾ ਹੈ। ਬੂਝਤ ਦੀਪਕ ਮਿਲਤ ਤਿਲਕ, ਜਿਵੇਂ ਇੱਕ ਬੁਝਦੇ ਹੋਏ ਦੀਪਕ ਨੂੰ ਤੇਲ ਪੈ ਜਾਵੇ, ਉਹ ਦੁਬਾਰਾ ਜਲਣ ਲੱਗਦਾ। ਜਲਤ ਅਗਨੀ ਮਿਲਤ ਨੀਰ, ਜਿਸ ਤਰ੍ਹਾਂ ਜਲਦੀ ਹੋਈ ਅਗਨੀ ਤੇ ਨੀਰ ਪਾ ਦੇਵੇ ਕੋਈ, ਪਾਣੀ ਪਾ ਦੇਵੇ, ਸ਼ਾਂਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸਾਡਾ ਮਨ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਜਲਦਾ ਹੈ, ਸਤ ਸੰਗਤ ਵਿੱਚ ਆ ਕੇ ਜਦੋਂ ਅਸੀਂ ਨਾਮ ਜਪਦੇ ਹਾਂ, ਤਾਂ ਸਤ ਸੰਗਤ ਪਰਮਾਤਮਾ ਦਾ ਨਾਮ ਉਸ ਜਲਦੀ ਹੋਈ ਅਗਨ ਦੇ ਉੱਪਰ ਪਾਣੀ ਦਾ ਕੰਮ ਕਰਦਾ ਹੈ। ਸਾਧ ਸੰਗਤ ਬੋਲੋ ਸ੍ਰੀ ਜੈਸੇ ਬਾਰਿਕ ਮੁਖੇ ਨੀਰ, ਜਿਸ ਤਰ੍ਹਾਂ ਬੱਚੇ ਨੂੰ ਭੁੱਖ ਲੱਗਦੀ ਹੈ, ਮਾਤਾ ਦੀ ਗੋਦ ਵਿੱਚ ਛੋਟਾ ਜਿਹਾ ਬੱਚਾ ਪਿਆ, ਉਸਦਾ ਆਹਾਰ ਕੀ ਹੈ? ਮਾਂ ਦਾ ਦੁੱਧ। ਜਿਸ ਵਕਤ ਉਹਨੂੰ ਮਾਤਾ ਦਾ ਦੁੱਧ ਮਿਲਦਾ ਹੈ, ਉਹਦੀ ਭੁੱਖ ਮਿਟ ਜਾਂਦੀ ਹੈ, ਉਹਦਾ ਰੋਣਾ ਮੁੱਕ ਜਾਂਦਾ ਹੈ। ਜੈਸੇ ਰਣ ਮੇ ਸਖਾ ਪ੍ਰਾਤ, ਜੈਸੇ ਭੁੱਖੇ ਭੋਜਨ ਮਾਤ, ਜਿਵੇਂ ਭੁੱਖੇ ਨੂੰ ਭੋਜਨ ਮਿਲ ਜਾਵੇ, ਉਹਦੀ ਭੁੱਖ ਸ਼ਾਂਤ ਹੋ ਜਾਂਦੀ ਹੈ, ਉਹਨੂੰ ਫਿਰ ਭੁੱਖ ਦਾ ਦੁੱਖ ਨਹੀਂ ਰਹਿੰਦਾ। ਕਿਉਂਕਿ ਬਾਬਾ ਫਰੀਦ ਕਹਿੰਦਾ, ਸਭ ਤੇ ਭੁੱਖ ਬੁਰੀ, ਫਰੀਦਾ ਸਭ ਤੇ ਭੁੱਖ ਬੁਰੀ, ਰਾਤੀ ਖਾਧੀ ਸਵੇਰੇ ਫਿਰ ਖੜੀ। ਸਾਧ ਸੰਗਤ ਬੋਲੋ ਸ੍ਰੀ। ਪਰ ਆਖਿਆ ਭੋਜਨ ਮਿਲ ਜਾਵੇ ਭੁੱਖੇ ਨੂੰ, ਆਹਾਰ ਹੋ ਜਾਂਦਾ। ਜੈਸੇ ਕਿਰਖੇ ਬਰਸ ਮੇਘ, ਜਿਸ ਤਰ੍ਹਾਂ ਖੇਤੀ ਨੂੰ ਬਾਰਿਸ਼ ਦੀ ਜ਼ਰੂਰਤ ਹੈ, ਵਰਖਾ ਚਾਹੀਦੀ ਹੈ, ਪਾਣੀ ਹੋਵੇ ਖੇਤੀ ਹੋਰ ਹਰਿਆਵਲ ਹੁੰਦੀ ਹੈ। ਜੈਸੇ ਪਾਲਨ ਸਰਨ ਸੇਗ, ਗਰੁੜ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ। ਆਖਿਆ ਜੇ ਤੋਤਾ ਪਿੰਜਰੇ ਵਿੱਚ ਪਿਆ ਹੈ, ਕਿਤਨਾ ਵੀ ਬਿੱਲਾ ਆਵੇ ਉਹਨੂੰ ਝਪਟ ਮਾਰੇ, ਪਰ ਉਹਦੀ ਪਹੁੰਚ ਨਹੀਂ ਹੁੰਦੀ, ਕਿਉਂਕਿ ਉਹ ਇੱਕ ਪਿੰਜਰੇ ਵਿੱਚ ਪਿਆ। ਇਸੇ ਤਰ੍ਹਾਂ ਜੀਵ, ਜੇ ਤੂੰ ਪਰਮਾਤਮਾ ਦਾ ਨਾਮ ਜਪੇ, ਤਾਂ ਪਰਮਾਤਮਾ ਦਾ ਨਾਮ ਚਾਰੇ ਪਾਸੇ ਤੇਰਾ ਇੱਕ ਵਾੜੀ ਬਣ ਜਾਏਗੀ, ਇੱਕ ਪਿੰਜਰਾ ਬਣ ਜਾਏਗਾ ਚਾਰੇ ਪਾਸੇ, ਇੱਕ ਤੇਰੀ ਰਾਖੀ ਕਰੇਗਾ। ਜੇ ਕੋਈ ਦੁੱਖ ਤਕਲੀਫ ਬਿੱਲਾ ਰੂਪ ਹੋ ਕੇ ਆਏਗੀ, ਤੈਨੂੰ ਚਪਟੇਗੀ, ਪਰ ਨਾਮ ਅੱਗੇ ਖਲੋ ਜਾਏਗਾ, ਢਾਲ ਬਣ ਕੇ ਤੇਰਾ ਵਾਲ ਵਿੰਗਾ ਨਹੀਂ ਰੋਏਗਾ। ਸਾਧ ਸੰਗਤ ਬੋਲੋ ਸ੍ਰੀ। ਜੈਸੇ ਆਂਡੋ ਹਿਰਦੇ ਮਾਹੇ, ਜੈਸੇ ਦਾਨੋ ਚੱਕੀ ਦਰਾਹੇ, ਜਿਸ ਤਰ੍ਹਾਂ ਕੁੰਜਾਂ ਆਉਂਦੀਆਂ ਉਡੇ ਉਡ ਆਵੇ, ਸਹਿ ਕੋ ਸਾਥ ਇਸ ਪਾਛੇ ਪਛੜੇ ਚਰੇ। ਕਿਤਨੀ ਦੂਰ ਤੋਂ ਗੂੰਜਾਂ ਆਉਂਦੀਆਂ, ਪਰ ਹਿਰਦੇ ਵਿੱਚ ਧਿਆਨ ਆਂਡੇ ਦਾ ਰੱਖਦੀਆਂ, ਉਸ ਆਂਡੇ ਨੂੰ ਤਕਲੀਫ ਨਹੀਂ ਹੁੰਦੀ ਕੋਈ। ਫਿਰ ਜੈਸੇ ਦਾਨੋ ਚੱਕੀ ਦਰਾਏ, ਸਹਿਬ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਦਾਣੇ ਚੱਕੀ ਦੇ ਵਿੱਚ ਕਿੱਲੀ ਦੇ ਨਾਲ ਲੱਗ ਜਾਣਗੇ ਨਾ, ਉਹ ਬਚ ਜਾਣਗੇ। ਜਿਹੜੇ ਗੁਰੂ ਕੀ ਸ਼ਰਨ ਵਿੱਚ ਜੀਵ ਆ ਜਾਣਗੇ, ਜਿਹੜੇ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਜਾਣਗੇ, ਸਾਧ ਸੰਗਤ, ਫਿਰ ਉਹਨਾਂ ਨੂੰ ਤੱਤੀ ਵਾਹ ਨਾ ਲੱਗੇਗੀ। ਸਾਧ ਸੰਗਤ ਬੋਲੋ ਸ੍ਰੀ।
ਜੋ ਪ੍ਰਭੂ ਦੀ ਸ਼ਰਨ ਵਿੱਚ ਆ ਜਾਣਗੇ ਉਹਨਾਂ ਨੂੰ ਸਾਰੇ ਸੁੱਖ ਮਿਲਣਗੇ। ਜਿਹੜੇ ਦਾਣੇ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਹਾ ਕਰਦੇ ਸਨ, ਬਈ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਣਗੇ ਉਹ ਬਚ ਜਾਣਗੇ, ਜਿਹੜੇ ਜੀਵ ਪਰਮਾਤਮਾ ਦੀ ਸੰਗਤ ਵਿੱਚ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ ਉਹ ਦੁੱਖਾਂ ਪਾਪਾਂ ਕਲੇਸ਼ਾਂ ਤੋਂ ਬਚ ਜਾਣਗੇ, ਉਹ ਜਮਾਂ ਦੀ ਮਾਰ ਤੋਂ ਛੁੱਟ ਜਾਣਗੇ ਜਿਹੜੇ ਸੰਗਤ ਵਿੱਚ ਆ ਕੇ ਜਪਣਗੇ ਸ੍ਰੀ ਵਾਹਿਗੁਰੂ। ਸਾਧ ਸੰਗਤ ਬੋਲੋ ਸ੍ਰੀ ਜੈਸੇ ਦਾਨੋ ਚੱਕੀ ਦਰਾਏ। ਸਾਹਿਬ ਕਹਿੰਦੇ ਬਹੁਤ ਉਪਮਾ ਥੋੜੀ ਕਹੀ, ਤੇਰੇ ਨਾਮ ਦੀ ਬੜੀ ਵਡਿਆਈ ਹੈ, ਬੜੀ ਮਹਿਮਾ ਹੈ ਪਰਮੇਸ਼ਵਰ, ਮੈਂ ਤਾਂ ਇੱਕ ਥੋੜੀ ਜਿਹੀ ਤੇਰੀ ਮਹਿਮਾ ਕੀਤੀ ਹੈ, ਇਹ ਰਸਨਾ ਛੋਟੀ ਜਿਹੀ ਰਸਨਾ ਤੇਰੀ ਨਾਮ ਦੀ ਮਹਿਮਾ ਕਿਆ ਕਰ ਸਕਦੀ ਹੈ, ਬਹੁਤ ਉਪਮਾ ਤੇਰੀ ਉਪਮਾ ਬੜੀ ਥੋੜੀ ਕਹੀ, ਮੈਂ ਤਾਂ ਥੋੜੀ ਟੂਕ ਮਾਤਰ ਕਹੀ ਹੈ, ਹਰ ਅਗਮ ਅਗਮ ਅਗਾਧ ਤੂੰ ਹੀ ਊਚ ਊਚ ਮੂਚੋ ਬਹੁ ਅਪਾਰ, ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ। ਆਖਿਆ ਲੋਏ ਲੱਕੜ ਨਾਲ ਤਾਂ ਲੋਹਾ ਵੀ ਤਰ ਜਾਂਦਾ, ਤੂੰ ਵੀ ਮਹਾਤਮਾ ਦੀ ਜਪਣ ਵਾਲਿਆਂ ਦੀ ਸਾਧੂਆਂ ਦੀ ਸਾਧ ਸੰਗਤ ਵਿੱਚ ਜਾ ਕੇ ਬਹਿ, ਤੂੰ ਵੀ ਪੱਥਰ ਰੂਪ ਤਰ ਜਾਏਗਾ ਬਈ ਪਰਮੇਸ਼ਵਰ ਦੇ ਨਾਮ ਦੇ ਆਸਰੇ, ਕਿਉਂਕਿ ਉਹਦਾ ਨਾਮ ਹੈ ਹੀ ਐਸਾ ਜਿਹਨੂੰ ਬਾਣੀ ਵਿੱਚ ਸਾਹਿਬ ਕਹਿ ਰਹੇ ਹਨ, ਤੇਰਾ ਨਾਮ ਜੀ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ, ਕਿਰਪਾ ਤੇਰਾ ਨਾਮ ਜੀ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਅਰਦਾਸ ਵਿੱਚ ਬਖਸ਼ਿਸ਼ ਕਰ ਰਹੇ ਹਨ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਵਿਥੇ ਸਭ ਦੁੱਖ ਜਾ, ਜੋ ਵੀ ਪਿਆਰ ਦੇ ਨਾਲ ਅੱਠਵੇਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਜਪੇਗਾ, ਅੱਠਵੇਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਦਾ ਸਿਮਰਨ ਕਰੇਗਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਉਹਦੇ ਸਾਰੇ ਦੁੱਖ ਦੂਰ ਹੋਣਗੇ। ਸਾਧ ਸੰਗਤ ਬੋਲੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਜਪਣ ਦੇ ਨਾਲ, ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਕਰ ਸਕਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਠਵੇਂ ਗੁਰੂ ਨਾਨਕ ਗੁਰੂ ਹਰਿ ਰਾਏ ਸਾਹਿਬ ਜੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੇ ਵਿੱਚ ਆਪ ਨੇ ਅਵਤਾਰ ਧਾਰਿਆ, ਆਪ ਦੇ ਪਿਤਾ ਗੁਰੂ ਪਿਤਾ ਦਾ ਨਾਮ ਸੀ 7ਵੇਂ ਗੁਰੂ ਨਾਨਕ, ਗੁਰੂ ਹਰਿ ਰਾਏ ਸਾਹਿਬ ਜੀ ਮਾਤਾ ਦਾ ਨਾਮ ਸੀ ਮਾਤਾ ਕ੍ਰਿਸ਼ਨ ਕੌਰ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਮਾਤਾ ਪਿਤਾ ਦੇ ਨਾਮ ਨੂੰ ਮਿਲਾ ਕੇ ਬਣੇ, ਗੁਰੂ ਹਰਿ ਰਾਏ ਸਾਹਿਬ ਜੀ ਤੋਂ ਹਰੀ ਅੱਖਰ ਲਿੱਤਾ, ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਮ ਤੋਂ ਕ੍ਰਿਸ਼ਨ ਦਾ ਅੱਖਰ ਲਿੱਤਾ, ਤੇ 8ਵੇਂ ਗੁਰੂ ਨਾਨਕ ਦਾ ਨਾਮ ਬਣਿਆ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਸਾਧ ਸੰਗਤ ਬੋਲੋ ਸ੍ਰੀ, 8 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਤਨੇ ਚੋਜ ਕੀਤੇ, ਦਿੱਲੀ ਵਿੱਚ ਆਏ, ਬੰਗਲਾ ਸਾਹਿਬ ਚਰਨ ਪਾਏ, ਉਹ ਥਾਂ ਪੂਜਨ ਯੋਗ ਹੋ ਗਈ ਹੈ। ਅੱਜ ਗੁਰੂ ਕੀਆਂ ਸੰਗਤਾਂ ਬੰਗਲਾ ਸਾਹਿਬ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਜੋ ਕੁਝ ਮੰਗਦੀਆਂ ਝੋਲੀਆਂ ਭਰ ਜਾਂਦੀਆਂ। ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ, ਹੈਜੇ ਦੀ ਬਿਮਾਰੀ ਫੈਲੀ ਸੀ,
ਲੱਖਾਂ ਲੋਕ ਬਿਮਾਰ, ਹਜ਼ਾਰਾਂ ਲੋਕ ਬਿਮਾਰ, ਸੈਂਕੜੋਂ ਲੋਕ ਮਰ ਰਹੇ ਸਨ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਛੁਆ ਕੇ ਜਿਸ ਵੇਲੇ ਅੰਮ੍ਰਿਤ ਦਿੱਤਾ ਸੰਗਤ ਨੂੰ, ਸਾਧ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਨਾਮ ਜਪ ਕੇ ਲੋਕਾਂ ਦੀ ਬਿਮਾਰੀ ਦੂਰ ਹੋ ਗਈ। ਸਾਧ ਸੰਗਤ ਬੋਲੋ ਸ੍ਰੀ। ਅੱਜ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਤੇ ਜੋ ਕੋਈ ਜਾਂਦਾ ਉਹਦੀ ਰਸਨਾ ਪੁਕਾਰ ਪੈਂਦੀ ਹੈ, ਕੀ ਕਹਿੰਦੀ ਹੈ, ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ ਜੀ, ਤੇਰਾ जय गुरु जी की। अब हम मंत्र जाप करेंगे। ॐ नमः शिवाय। शिव जी सदा Shiva।
लिप्वर